ਵੱਲੋਂ ਐਲਾਨੇ ਉਮੀਦਵਾਰ ਨੂੰ ਅਚਾਨਕ ਇਸ ਕਮੇਟੀ ਨੂੰ ਦੱਸੇ ਵੀ ਨਹੀਂ ਵਾਪਸ ਲੈਣ ਦੀਆਂ ਗੱਲਾਂ ਪ੍ਰੈਸ ਦੇ ਵਿੱਚ ਆਈਆਂ, ਉਹਦਾ ਵਿਸਤਾਰ ਚ ਜ਼ਿਕਰ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਤੁਹਾਨੂੰ ਕਰਨਗੇ। ਤੇ ਉਹ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਜੋ ਘਟਨਾਕ੍ਰਮ ਵਾਪਰੇ, ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਬਚਾਉਣ ਲਈ, ਇੱਕ ਵਿਅਕਤੀ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਾਰਟੀ ਦੇ ਵਿੱਚੋਂ ਇੱਕ ਸਿਲੈਕਟਡ ਵੱਡੇ ਬੰਦਿਆਂ ਨੂੰ ਇਕੱਠੇ ਕਰਕੇ, ਆਪਣੇ ਮਨਚਾਹੇ ਬੰਦਿਆਂ ਨੂੰ ਇਕੱਠੇ ਕਰਕੇ ਪਾਰਟੀ ਦੇ ਵਿੱਚ ਆਪ ਹੀ ਇੱਕ ਧੜਾ ਪੈਦਾ ਕਰ ਲਿਆ। ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲਗਾਤਾਰ ਇੱਕ ਹਫ਼ਤਾ ਪਾਰਟੀ ਨੂੰ ਖੇਰੂ ਖੇਰੂ ਕਰਕੇ, ਪਾਰਟੀ ਨੂੰ ਧੜੇ ਵਿੱਚ ਬੰਨ ਕੇ, ਇੱਕ ਧੜੇ ਦੀ ਅਗਵਾਈ ਕਰਨੀ ਸ਼ੁਰੂ ਕੀਤੀ। ਉਸ ਸਮੇਂ ਜਿਹੜੇ ਸੁਹਿਰਦ ਲੋਕ ਸੀ, ਜਿਹੜੇ ਪਾਰਟੀ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਸੀ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਆਈ ਸਥਿਤੀ ਤੇ ਚਿੰਤਾਜਨਕ ਸੀ, ਫਿਕਰਮੰਦ ਸੀ, ਔਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰੋ ਰੀਤਾਂ ਤੇ ਲਿਜਾਣਾ ਚਾਹੁੰਦੇ ਸੀ। ਉਹ ਪਰਿਵਾਰ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਰਾਜ ਦੇ ਵਿੱਚ ਸੱਤਾ ਵਿੱਚ ਲਿਆਉਣ ਲਈ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਤਸ਼ੱਦਦ ਸਹੇ, ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਗਵਾਈ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਸਤਿਕਾਰ ਦਿੱਤਾ ਦੇਸ਼ ਤੇ ਦੁਨੀਆਂ ਦੇ ਵਿੱਚ। ਔਰ ਉਹਦੇ ਵਿੱਚ ਉਹ ਪਰਿਵਾਰ ਸ਼ਾਮਲ ਸੀ, ਮਾਸਟਰ ਤਾਰਾ ਸਿੰਘ ਹੋਰਾਂ ਦਾ ਪਰਿਵਾਰ, ਜੈਦਾਰ ਤਲਵੰਡੀ ਜੀ ਦਾ ਪਰਿਵਾਰ, ਜੈਦਾਰ ਮੋਹਨ ਸਿੰਘ ਸੁਰ ਦਾ ਪਰਿਵਾਰ, ਜੈਦਾਰ ਗੁਰਚਰਨ ਸਿੰਘ ਜੀ ਟੌੜਾ ਹੋਰਾਂ ਦਾ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਬਡਾਲਾ ਸਾਹਿਬ ਦਾ ਪਰਿਵਾਰ, ਢੀਂਡਸਾ ਸਾਹਿਬ ਦਾ ਪਰਿਵਾਰ, ਗੁਰਸਿੰਘ ਜੀ ਦਾ ਪਰਿਵਾਰ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਵਜ਼ੀਰ, ਹੋਰ ਕਮੇਟੀ ਦੇ ਬਹੁਤ ਸਾਰੇ ਮਾਣਯੋਗ ਮੈਂਬਰ ਸਾਹਿਬਾਨ, ਤਕਰੀਬਨ ਡੇਢ ਦਰਜਨ ਤੋਂ ਵੱਧ ਐਸਜੀਪੀਸੀ ਦੇ ਮੌਜੂਦਾ ਤੇ ਤਕਰੀਬਨ ਦੋ ਦਰਜਨ ਦੇ ਕਰੀਬ ਸਾਬਕਾ ਮੈਂਬਰ ਐਸਜੀਪੀਸੀ, ਔਰ ਸੰਤ ਕਰਤਾਰ ਸਿੰਘ ਜੀ ਖਾਲਸਾ ਉਹਨਾਂ ਦੇ ਪਰਿਵਾਰ, ਮਤਲਬ ਇਸ ਤਰ੍ਹਾਂ ਦੇ ਨਾਮਵਰ ਪਰਿਵਾਰਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ